ਕਿਹੜਾ ਲਾ ਰਹੇ ਆ ਹੋਮੋਜੀਨੀਅਸ ਇਕੁਏਸ਼ਨਸ ਉਹ ਇਕੁਏਸ਼ਨਸ ਇਦਾਂ ਦੀਆਂ ਹੈ ਜਿਹੜੀਆਂ ਰਕਮਾਂ ਵਿੱਚ x ਤੇ y ਆਪਾਂ ਅਲੱਗ ਅਲੱਗ ਨਹੀਂ ਕਰ ਸਕਦੇ ਤਾਂ ਫਿਰ ਉਦਾਂ ਦੀ ਸੋਲੂਸ਼ਨਸ ਕੀ ਹੈ ਉਦਾਂ ਦੀ ਇਕੁਏਸ਼ਨ ਨੂੰ ਸੋਲਵ ਕਰਨ ਦਾ ਤਰੀਕਾ ਆਪਾਂ y ਨੂੰ vx ਭਰਦੇ ਹਾਂ ਜਦੋਂ y ਨੂੰ vx ਭਰਾਂਗੇ ਤਾਂ x ਆਪਣੀ ਸਾਰੀ ਰਕਮ ਚੋਂ ਕਾਮਨ ਨਿਕਲ ਕੇ ਕੱਟਿਆ ਫਿਰ ਉਹ ਸਾਰਾ ਇੱਕ ਪਾਸਾ ਹਿੱਸਾ v ਤੇ x ਚ ਰਹਿ ਜਾਊਗਾ ਫਿਰ 9.3 ਦੇ ਹਿਸਾਬ ਨਾਲ v ਵਾਲੇ ਇੱਕ ਪਾਸੇ ਸਾਰੀਆਂ ਰਕਮਾਂ x ਵਾਲੀਆਂ ਰਕਮਾਂ ਇੱਕ ਪਾਸੇ ਤੇ ਇੰਟੈਗਰਲ ਲੈਣੇ ਤੇ ਸੋਲੂਸ਼ਨ ਕਰ ਠੀਕ ਹੈ ਇਹ ਤਰੀਕਾ ਹੁਣ ਇਹਦੇ ਵਿੱਚ ਇਹਨੇ ਨੇ dy/dx ਬਣਾਣਾ ਮਤਲਬ ਆਪਣਾ ਇੱਕ ਪਾਸੇ ਇਕੱਲਾ dy/dx ਹੋਣਾ ਚਾਹੀਦਾ ਦੂਜੇ ਪਾਸੇ ਕੁਝ ਹੁਣ dy ਇੱਧਰ ਤਾਂ dy/dx ਦਾ ਮਤਲਬ ਹੈ ਕਿ dy ਉੱਪਰ ਚਾਹੀਦਾ dx ਥੱਲੇ ਤਾਂ dy ਇੱਧਰ ਹੈ ਤਾਂ ਇਹਦਾ ਮਤਲਬ dx ਥੱਲੇ ਆਊਗਾ ਹਾਂਜੀ ਆ dx ਥੱਲੇ ਆਊਗਾ ਤਾਂ ਫਿਰ ਆ ਸਾਰੀ ਰਕਮ ਇੱਧਰ ਥੱਲੇ ਜਾਊਗੀ ਤਾਂ ਇਹਦਾ ਮਤਲਬ x cos y dx y sin y dx बार y है तो उस मान सारा थले लेके आ जाती है y sin y dx plus minus minus x cos y dx ते बार की है x इधर dy रह गया आ सारी चीजें वो चाटे थले ले आए ते सारी चीजें तो खत्म हो गई dy ते dx ठीक है जी हुन y नु की भरना है ਜੇ y ਨੂੰ vx ਭਰਿਆ ਤਾਂ x ਮੈਂ ਥੱਲੇ ਲੈ ਕੇ ਆਉਂਦੀ ਤੇ y/x ਦੀ ਵੈਲਿਊ v ਲੈ ਗਈ ਮੈਂ ਕਿਉਂ ਕਿਹਾ ਕਿਉਂਕਿ ਇੱਥੇ ਸਾਰੇ ਚ y/x y/x ਹੈ ਤਾਂ ਸਿੱਧਾ ਆਪਾਂ ਇੱਥੇ y/x ਦੀ ਜਗ੍ਹਾ ਕੀ ਲਿਖਾਂਗੇ v ਠੀਕ ਹੈ ਹੁਣ ਇੱਥੇ ਡੈਰੀਵੇਟਿਵ dy/dx ਦੀ ਵੈਲਿਊ ਕੱਢੀਏ v ਹੋਵੇ x ਦਾ ਡੈਰੀਵੇਟਿਵ 1 ਪਲੱਸ x ਹੋਵੇ v ਦਾ ਡੈਰੀਵੇਟਿਵ dv/2 ਯਾਨੀ ਕਿ dy/dx ਦੀ ਜਗ੍ਹਾ ਮੈਂ मतलब जिथे जिथे y होगा मैं खत्म ही कर dx sin की बन गया v y की जगह पे लिखूंगी dx ठीक है जी बटे y की जगह dx sin v माइनस x हो गई cos v से बाहर x हूं ना x से x कटे हूं इस दोवे रकमा चो x कॉमन निकल गया थल्ले भी आ इस कॉमन निकल गया दोवां चो कट के एक कट dy/dx की वैल्यू और लिखेंगे v plus x dv/2 समझ लग गई x ये रह गया cos v बेटा मैं ना छोटी क्लासों च कहती हुंदी है कि आपा ना कई बार चीज भूल जांदे ਤਾਂ ਹਮੇਸ਼ਾ ਕੁਐਸਚਨ ਮੈਥ ਦਾ ਉਂਗਲ ਨਾਲ ਕਰਿਆ ਕਰੋ ਜਿਵੇਂ ਛੋਟੇ ਬੱਚੇ ਨਹੀਂ ਕਹਿੰਦੇ x ਲਿਖ ਲਓ cos v ਲਿਖ ਲਿਆ ਨਹੀਂ ਤਾਂ ਕੋਈ ਚੀਜ਼ ਰਹਿ ਜਾਂਦੀ ਹੈ ਪਲੱਗ ਕਿਉਂਕਿ ਆਪਾਂ ਨੂੰ ਪ੍ਰੈਕਟਿਸ ਨਹੀਂ ਗੱਡੀ ਹੈ ਗੱਡੀ ਤੁਹਾਨੂੰ ਪ੍ਰੈਕਟਿਸ ਹੋ ਗਈ ਗੇਅਰ ਪਾਣਾ ਬਿਨਾ ਸੋਚੇ ਸਮਝੇ ਤੁਹਾਨੂੰ ਸੋਚਣ ਲੋੜ ਨਹੀਂ ਪੈਂਦੀ ਜਦੋਂ ਜਿੱਦਾਂ ਦੀ ਸਿਚੁਏਸ਼ਨ ਦੇਖੋ ਪਹਿਲਾ ਗੇਅਰ ਪਾ ਲੈਣਾ ਦੂਜਾ ਕਿਉਂ ਪ੍ਰੈਕਟਿਸ ਇੰਨੀ ਹੋ ਗਈ ਕਿ ਹੁਣ ਸੋਚਣ ਦੀ ਲੋੜ ਨਹੀਂ ਪੈਂਦੀ ਇੱਥੇ ਆਏ ਆਪਾਂ ਪ੍ਰੈਕਟਿਸ ਕਰਦੇ ਪਏ ਆ ਤਾਂ ਆਪਾਂ ਨੂੰ ਪ੍ਰੈਕਟਿਸ ਕਰਨ ਲਈ ਛੋਟੇ ਬੱਚਿਆਂ ਵਾਂਗੂ ਕੰਮ ਕਰਨਾ ਠੀਕ ਹੈ cos v ਹੋ ਗਿਆ ਅੱਗੇ ਪਲੱਸ v x ਦਾ ਮੈਂ ਬਾਹਰ ਕੱਢ ਲਿਆ ਤੇ sin ਬਟੇ ਇੱਥੇ ਕੀ ਰਹਿ ਗਿਆ ਇਕੱਲਾ v x ਕੱਟਿਆ ਇੱਥੋਂ ਵੀ x ਬਾਹਰ ਕੱਢਿਆ ਤੇ ਬਚਿਆ ਕਿ v sin v minus x ਬਾਹਰ ਨਿਕਲਿਆ cos v ਤੇ ਆ x ਕੱਟਿਆ ਹੁਣ ਆ x ਤੇ x ਕੱਟੇ ਗਏ ਉੱਧਰ ਕੀ ਰਹਿ ਗਿਆ v plus x dv/2 ਠੀਕ ਹੈ ਜੀ ਹੁਣ ਆ v ਨੂੰ ਇੱਧਰ ਲੈ ਕੇ ਆਉਂਗੀ ਹੁਣ ਇੱਥੇ ਦੋ ਰਕਮ ਹੈ ਜਿਹੜੀ ਰਕਮ ਚੱਕੂਗੀ ਉਹਦਾ ਕੀ ਬਦਲੂਗੀ sin ਤਾਂ cos v plus v sin v ਹੁਣ ਆ v ਨੂੰ ਮੈਂ ਅੰਦਰ ਲੈ ਜਾਂ ਤੇ ਐਵੇਂ ਹੋ ਜੂਗਾ ਆ v ਇੱਧਰ ਗਿਆ ਇਹਨਾਂ ਮਲਟੀਪਲਾਈ ਹੋ ਗਿਆ ਇਹਨਾਂ ਦੀ ਵੀ ਪਾਵਰ ਕਿੰਨੀ ਹੋ ਗਈ 2 ਥੱਲੇ ਆ v sin v minus cos v
ठीक है जी, माइनस आप इधर आ गया बराबर एक्स डी वी बटे डी। हूँ इन इधर मल्टीप्लाई करूंगी एलसीएम में लगी है, मतलब कि थले बड़ा सारा बी साइन बी माइनस आ सारी चीज हो गई बी कॉस बी प्लस बी स्क्वायर साइन बी। हूँ आप बी इधर की करने लग गया मल्टीप्लाई बी बी में मल्टीप्लाई किया बी स्क्वायर आ माइनस हो गई साइन बी नाल हूँ आ माइनस माइनस की हो गए प्लस एक बी है नी तो बी हो गए तो आपका नाल कॉस। हूँ देखो कि चीज कट्टी जाती है समझ।